ਸ਼ਰੇਆਮ ਘੁੰਮ ਰਿਹਾ ਹੈ ਖੂੰਖਾ ਤੇਂਦੂਆ, ਘਰਾਂ ਚ ਦਾਖਲ ਹੋਣ ਦੀ ਕਰ ਰਿਹਾ ਹੈ ਕੋਸ਼ਿਸ਼, ਹਨੇਰੇ ਚ ਪਾਲ ਰਿਹਾ ਹੈ ਆਪਣਾ ਸ਼ਿਕਾਰ। ਇਹ ਤਸਵੀਰਾਂ ਇੱਕ ਰਿਹਾਇਸ਼ੀ ਇਲਾਕੇ ਦੀਆਂ ਨੇ ਜਿੱਥੇ ਰਾਤ ਵੇਲੇ ਇੱਕ ਖੂੰਖਾਰ ਤੇਂਦੂਆ ਸ਼ਰੇਆਮ ਘੁੰਮਦਾ ਹੋਇਆ ਨਜ਼ਰ ਆਇਆ ਹੈ, ਜਿਸ ਕਰਕੇ ਲੋਕਾਂ ਦੇ ਸਾਹ ਸੁੱਕੇ ਹੋਏ ਨੇ ਤੇ ਡਰਦੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ। ਘਰਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਇਹ ਤਸਵੀਰਾਂ ਨੇ ਜੋ ਸਾਹਮਣੇ ਆਈਆਂ ਨੇ ਕਿ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ ਇੱਕ ਖੂੰਖਾਰ ਤੇਂਦੂਆ ਗਲੀਆਂ ਦੇ ਵਿੱਚ ਘੁੰਮ ਰਿਹਾ ਹੈ, ਕਦੀ ਕਿਸੇ ਦੇ ਘਰ ਦੇ ਥੜੇ ਅੱਗੇ ਬਹਿੰਦਾ ਹੈ ਤੇ ਕਦੀ ਕੰਧ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਘਰਾਂ ਦੇ ਦਰਵਾਜ਼ਿਆਂ ਦੇ ਪਾਸਿਆਂ ਤੋਂ ਜਗ੍ਹਾ ਲੱਭ ਰਿਹਾ ਹੈ ਕਿ ਸ਼ਾਇਦ ਅੰਦਰ ਦਾਖਲ ਹੋ ਸਕੇ, ਕਿਉਂਕਿ ਇਹ ਸ਼ਿਕਾਰ ਦੀ ਤਲਾਸ਼ 'ਚ ਵੀ ਹੋ ਸਕਦਾ ਹੈ। ਤਸਵੀਰਾਂ ਹੁਸ਼ਿਆਰਪੁਰ ਦੇ ਮਹੱਲਾ ਵੈਸਟ ਇਨਕਲੇਵ ਦੀਆਂ ਨੇ। ਇਸ ਰਿਹਾਇਸ਼ੀ ਇਲਾਕੇ ਦੇ ਵਿੱਚ ਰਾਤ ਸਮੇਂ ਇਹ ਤੇਂਦੂਆ ਸ਼ਰੇਆਮ ਘੁੰਮਦਾ ਹੋਇਆ ਨਜ਼ਰ ਆਇਆ, ਜਿਸ ਕਰਕੇ ਲੋਕ ਵੀ ਸਹਿਮੇ ਹੋਏ ਨੇ ਤੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਬਜ਼ੁਰਗ ਤੇ ਘਰ ਦੇ ਲੋਕ ਰਾਤ ਵੇਲੇ ਸੈਰ ਕਰਨ ਦੇ ਲਈ ਨਿਕਲਦੇ ਨੇ, ਬੱਚੇ ਗਲੀਆਂ 'ਚ ਸਾਈਕਲ ਚਲਾਉਂਦੇ ਨੇ, ਪਰ ਇਹਨਾਂ ਤਸਵੀਰਾਂ ਤੋਂ ਬਾਅਦ ਸਾਰੇ ਹੀ ਡਰੇ ਹੋਏ ਨੇ ਤੇ ਕੋਈ ਵੀ ਘਰ ਤੋਂ ਬਾਹਰ ਨਹੀਂ ਨਿਕਲ ਰਿਹਾ। ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਤੇਂਦੂਏ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਜੰਗਲਾਂ ਦੇ ਵਿੱਚ ਛੱਡਿਆ ਜਾਵੇ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕੌਂਸਲਰ ਪਵਿੱਤਰ ਦੀਪ ਲੁਬਾਣਾ ਦੇ ਵੱਲੋਂ ਵੀ ਇੱਕ ਵੀਡੀਓ ਜਾਰੀ ਕੀਤੀ ਗਈ, ਜਿਸ ਦੇ ਵਿੱਚ ਤੇਂਦੂਏ ਦੀਆਂ ਤਸਵੀਰਾਂ ਤੇ ਨਾਲ ਹੀ ਇੱਕ ਅਪੀਲ ਕੀਤੀ ਗਈ ਹੈ ਕਿ ਪ੍ਰਸ਼ਾਸਨ ਤੇ ਜੰਗਲਾਤ ਵਿਭਾਗ ਜਲਦ ਤੋਂ ਜਲਦ ਇਸ ਤੇ ਐਕਸ਼ਨ ਲਏ, ਕਿਉਂਕਿ ਅਜੇ ਤੱਕ ਤਾਂ ਕਿਸੇ ਜਾਨ ਮਾਲ ਦੇ ਨੁਕਸਾਨ ਦੀ ਖਬਰ ਨਹੀਂ ਆਈ ਹੈ, ਪਰ ਜਿਸ ਤਰ੍ਹਾਂ ਦੇ ਨਾਲ ਇਹ ਤੇਂਦੂਆ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਘੁੰਮ ਰਿਹਾ ਹੈ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸੇ ਲਈ ਇੱਥੇ ਕੌਂਸਲਰ ਦੇ ਵੱਲੋਂ ਵੀ ਜੰਗਲਾਤ ਵਿਭਾਗ ਨੂੰ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਇਸ ਤੇਂਦੂਏ ਨੂੰ ਰੈਸਕਿਊ ਕੀਤਾ ਜਾਏ ਤੇ ਰਿਹਾਇਸ਼ੀ ਇਲਾਕੇ ਤੋਂ ਬਾਹਰ ਕੱਢ ਕੇ ਜੰਗਲਾਂ 'ਚ ਛੱਡਿਆ ਜਾਏ ਤਾਂ ਜੋ ਲੋਕ ਵੀ ਸੁੱਖ ਦਾ ਸਾਹ ਲੈ ਸਕਣ। ਅੱਜ ਇੱਕ ਮੇਰੇ ਵਾਰਡ ਦੀ ਵੀਡੀਓ ਇੱਕ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਮੁਹੱਲਾ ਵੈਸਟ ਇਨਕਲੇਵ ਦੀ, ਜਿਹਦੇ ਵਿੱਚ ਇੱਕ ਤੇਂਦੂਆ ਟਾਈਪ ਜੰਗਲੀ ਜਾਨਵਰ ਗਲੀਆਂ 'ਚ ਘੁੰਮਦਾ ਦਿਖ ਰਿਹਾ। ਮੇਰੀ ਮਹਿਕਮੇ ਨੂੰ ਬਹੁਤ ਹੱਥ ਜੋੜ ਕੇ ਅਪੀਲ ਹੈ ਕਿ ਲੋਕਾਂ ਦੀ ਸੇਫਟੀ ਅਤੇ ਸਿਕਿਉਰਿਟੀ ਦੇ ਲਈ ਜਲਦੀ ਜਲਦੀ ਉਹਨੂੰ ਰੈਸਕਿਊ ਕਰਕੇ ਉਹਨੂੰ ਵਾਪਸ ਜੰਗਲਾਂ 'ਚ ਛੱਡਿਆ ਜਾਵੇ, ਕਿਉਂਕਿ ਮੌਸਮ ਹੁਣ ਖੁੱਲ੍ਹ ਗਿਆ, ਬੱਚੇ ਆਮ ਗਲੀਆਂ ਦੇ ਵਿੱਚ ਖੇਡਦੇ ਰਹਿੰਦੇ ਆ। ਉਹ ਮਹੱਲਾ ਇੱਦਾਂ ਦਾ ਆ ਵੀ ਉਹ 10-10, 11-11 ਵਜੇ ਤੱਕ ਜਿਹੜੇ ਲੋਕ ਆ ਗਲੀ ਦੇ ਵਿੱਚ ਸੈਰ ਕਰਦੇ ਰਹਿੰਦੇ, ਅਤੇ ਇਸ ਤੋਂ ਪਹਿਲਾਂ ਕੋਈ ਅਨਫੋਰਚੁਨੇਟਲੀ ਕੋਈ ਮਾੜੀ ਘਟਨਾ ਹੋਵੇ, ਉਹ ਕਿਸੇ 'ਤੇ ਅਟੈਕ ਕਰੇ, ਮੇਰੀ ਡਿਪਾਰਟਮੈਂਟ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਉਹਨੂੰ ਜਲਦੀ ਰੈਸਕਿਊ ਕਰਕੇ ਉਹਨੂੰ ਵਾਪਸ ਜੰਗਲਾਂ ਦੇ ਵਿੱਚ ਛੱਡਿਆ ਜਾਵੇ। ਔਰ ਮੇਰੀ ਲੋਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ, ਮੈਂ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਵੀ ਜਿੰਨੀ ਦੇਰ ਤੱਕ ਸਾਨੂੰ ਮਹਿਕਮਾ ਇਸ ਰਿਲੇਟਿਡ ਕੋਈ ਅਪਡੇਟ ਨਹੀਂ ਦਿੰਦਾ, ਅਸੀਂ ਆਪਣੀਆਂ ਸਰਾਊਂਡਿੰਗਸ ਥੋੜ੍ਹੀ ਜਿਹੀਆਂ ਸੇਫਟੀ ਰੱਖੀਏ, ਅਸੀਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਸਿਕਿਓਰ ਕਰਕੇ ਥੋੜ੍ਹਾ ਅਲਰਟ ਰਹਿ ਕੇ, ਅਸੀਂ ਜਿੰਨੀ ਦੇਰ ਤੱਕ ਸਾਨੂੰ ਮਹਿਕਮਾ ਨਹੀਂ ਇਸ ਬਾਰੇ ਜਾਣੂ ਕਰਾਉਂਦਾ ਅਸੀਂ ਅਲਰਟ ਰਹੀਏ। ਇੱਕ ਵਾਰ ਫਿਰ ਤੋਂ ਮੇਰੀ ਮਹਿਕਮੇ ਨੂੰ ਅਪੀਲ ਆ, ਵਾਈਲਡ ਲਾਈਫ ਨੂੰ ਵੀ ਅਪੀਲ ਹੈ, ਫੋਰੈਸਟ ਡਿਪਾਰਟਮੈਂਟ ਨੂੰ ਵੀ ਅਪੀਲ ਹੈ ਵੀ ਇਸ ਮੈਟਰ ਦੇ ਉੱਤੇ ਜਲਦੀ ਤੋਂ ਜਲਦੀ ਐਕਸ਼ਨ ਲੈ ਕੇ ਉਹਦਾ ਸਰਚ ਕਰਕੇ ਉਹਨੂੰ ਲੱਭ ਕੇ ਉਹਨੂੰ ਵਾਪਸ ਜੰਗਲਾਂ 'ਚ ਭੇਜਿਆ ਜਾਵੇ। ਥੈਂਕ ਯੂ।